ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਐਸੇ ਬੇਜੁਬਾਨ ਦੀ ਹੋ ਰਹੀ ਸਾਰੇ ਪੰਜਾਬ ਦੇ ਵਿੱਚ ਚਰਚਾ ਜੇਹੇ ਕੁੱਤਾ ਨਾ ਆਵੇ ਤਾਂ ਲੋਕਾਂ ਨੂੰ ਹੋ ਜਾਂਦੀ ਚਿੰਤਾ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤਸਵੀਰ ਸਭ ਤੋਂ ਪਹਿਲਾਂ ਉਸ ਕੁੱਤੇ ਦੀ ਦਿਖਾ ਦਿੰਨੇ ਹਾਂ ਜਿਸ ਦੀ ਲੋਕਾਂ ਨੂੰ ਚਿੰਤਾ ਹੋ ਜਾਂਦੀ ਹੈ ਉਹ ਕੁੱਤਾ ਹੈ ਸੋਸ਼ਲ ਮੀਡੀਆ ਤੇ ਇੱਕ ਕੁੱਤੇ ਦੀ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੀ ਮੋਕੇ ਦੇ ਪਿੰਡ ਬੰਬੀਹਾ ਪਾਈ ਦੇ ਨਾਲ ਸਬੰਧਤ ਆ। ਅਵਾਰਾ ਕੁੱਤੇ ਬਾਰੇ ਦੱਸਿਆ ਜਾ ਰਿਹਾ ਕਿ ਜਦੋਂ ਵੀ ਕੋਈ ਪਿੰਡ ਵਾਸੀ ਚੜਾਈ ਕਰ ਜਾਂਦਾ ਤਾਂ ਕੁੱਤਾ ਉਸਦੇ ਪਰਿਵਾਰ ਦੇ ਘਰ ਜਾਂਦਾ ਗੁਰੂ ਘਰ ਵਿੱਚ ਜਿੱਥੇ ਸ਼ਰਧਾਲੂ ਪੈਰ ਧੁੰਦਣੇ ਇਸ ਕੁੱਤੇ ਨੂੰ ਉੱਥੇ ਖੜਿਆ ਵੀ ਦੇਖਿਆ ਜਾਂਦਾ ਪਿੰਡ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਸ ਕੁੱਤੇ ਬਾਰੇ ਚਰਚਾ ਚੱਲ ਰਹੀ ਆ ਇਸ ਦੀ ਉਮਰ ਲਗਭਗ 12 ਸਾਲ ਦੀ ਬਜ਼ੁਰਗ ਦੇ ਦੱਸਣ ਮੁਤਾਬਕ ਕੁੱਤਾ 5-6 ਸਾਲ ਤੋਂ ਉਹਨਾਂ ਦੇ ਘਰ ਵਿੱਚ ਜਾਂਦਾ ਏ ਜਿਸ ਘਰ ਦਾ ਕੋਈ ਵਿਅਕਤੀ ਚੜਾਈ ਕਰ ਜਾਂਦਾ ਭਾਵੇਂ ਇਹ ਕੁੱਤਾ ਪਹਿਲਾਂ ਵੀ ਇਸ ਤਰ੍ਹਾਂ ਹੀ ਕਰਦਾ ਸੀ ਪਰ ਪਹਿਲਾਂ ਉਹਨਾਂ ਨੇ ਕਦੇ ਗੌਰ ਨਹੀਂ ਕੁੱਤਾ ਕੀਤਾ ਇਹ ਕੁੱਤਾ ਹਮ ਤੱਕ ਕੁੱਤਿਆਂ ਨਾਲੋਂ ਵੱਖਰਾ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਇਹ ਕੁੱਤਾ ਰੋਟੀ ਮੰਗਣ ਹਰ ਕਿਸੇ ਦੇ ਘਰ ਨਹੀਂ ਜਾਂਦਾ ਸਗੋਂ ਦੋ ਘਰਾਂ ਤੋਂ ਹੀ ਰੋਟੀ ਮੰਗਦਾ ਏ ਜਿਨ੍ਹਾਂ ਦੇ ਵਿੱਚ ਇੱਕ ਸਾਬਕਾ ਸਰਪੰਚ ਦਾ ਘਰ ਹੈ ਤੇ ਇੱਕ ਉਹਨਾਂ ਦੇ ਗਵਾਂਢੀ ਦਾ ਰੋਟੀ ਖਾ ਕੇ ਵਾਪਸ ਗੁਰੂ ਘਰ ਅੱਗੇ ਜਾ ਬੈਠਦਾ ਜੇਕਰ ਕਿਸੇ ਵੀ ਘਰ ਦੇ ਵਿੱਚੋਂ ਕੋਈ ਵਿਅਕਤੀ ਦਮ ਤੋੜ ਦਿੰਦਾ ਤਾਂ ਇਹ ਕੁੱਤਾ ਉਸਦੇ ਘਰ ਅੱਗੇ ਜਾ ਬੈਠਦਾ ਫਿਰ ਉਹ ਸ਼ਮਸ਼ਾਨ ਘਾਟ ਵੀ ਜਾਂਦਾ ਕੁੱਤੇ ਦੇ ਨਾਲ ਹੀ ਵਾਪਸ ਲੋਕ ਆ ਜਿਹੜੇ ਉਹ ਵੀ ਨਾਲ ਹੀ ਵਾਪਸ ਆ ਜਾਂਦੇ ਆ ਤੇ ਜਦੋਂ ਕੁੱਤਾ ਵਾਪਸ ਆਉਂਦਾ ਲੋਕਾਂ ਦੇ ਨਾਲ ਆ ਜਾਂਦਾ ਜਦੋਂ ਸੰਗਤ ਗੁਰਦੁਆਰਾ ਸਾਹਿਬ ਜਾਂਦੀ ਆ ਤਾਂ ਕੁੱਤਾ ਗੁਰੂ ਘਰ ਦੇ ਅੱਗੇ ਜਿੱਥੇ ਪੈਰ ਧੋਂਦੇ ਨੇ ਉੱਥੇ ਬੈਠ ਜਾਂਦਾ ਏ ਉਹ ਕਿਸੇ ਨੂੰ ਭੌਂਕਦਾ ਨਹੀਂ ਇਸ ਵਿਅਕਤੀ ਦਾ ਕਹਿਣਾ ਹੈ ਕਿ ਰੱਬ ਹਰ ਕਿਸੇ ਦੇ ਵਿੱਚ ਵੱਸਦਾ ਏ ਇੱਕ ਹੋਰ ਵਿਅਕਤੀ ਦੇ ਦਰਸ਼ਨ ਮੁਤਾਬਕ ਸਾਫ ਦਾ ਸਰਪੰਚ ਹੀ ਇਸ ਕੁੱਤੇ ਦੀ ਦੇਖਭਾਲ ਕਰਦਾ ਏ ਕਦੇ-ਕਦੇ ਉਹ ਕੁੱਤੇ ਨੂੰ ਨੁਹਾਵ ਵੀ ਦਿੰਦਾ ਇਸ ਵਿਅਕਤੀ ਨੂੰ ਅਜਾਪਦਾ ਹੈ ਕਿ ਉਹ ਕੁੱਤਾ ਉਹਨਾਂ ਦੇ ਪਿੰਡ ਦਾ ਪਰ ਕੋਈ ਬਜ਼ੁਰਗ ਹੋਵੇਗਾ ਪਰ ਦੋਸਤੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ 'ਚ ਜ਼ਰੂਰ ਲਿਖੋ ਧੰਨਵਾਦ